ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀ ਵੀ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਚੜੈਕ, ਜ਼ਿਲ੍ਹਾ ਮੋਗਾ, ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145409168। ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀ ਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 7-8 ਵਹਿੜਾ ਵਿਖਾਉਣੀਆਂ, ਜਿਹੜੀਆਂ ਵਹਿੜਾ ਵੇਖ ਰਹੇ 2 ਪਰੇ ਖੜੀਆਂ, ਅਤੇ ਆਹ ਸਾਰਾ ਮਾਲ ਹੀ ਸੇਲ ਹੈ, ਵਿਕਾਊ ਹੈ, ਵਿੱਚ ਸੂਈਆਂ ਵੀ ਹੈਗੀਆਂ, ਉਹ ਖੜੇ ਬੱਚੇ, ਅਤੇ ਵਿੱਚ ਗੱਭਣਾ ਵੀ ਹੈ। ਗੱਲਾਂ ਬਾਤਾਂ ਵੀਰ ਨਾਲ ਕਰਦੇ ਹਾਂ। ਜਰਸੀਆਂ ਵੀ ਹੈਗੀਆਂ, ਡੱਬੀ ਬੈਡ ਵੀ ਹੈਗੀ, ਕਾਲੀ ਬੈਡ ਵੀ ਹੈਗੀ, ਲਗਭਗ ਸਾਰੀ ਬਣ ਗਈ ਹੈਗੀ ਆ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਅਤੇ ਐਡਰੈਸ? ਨਾਮ ਵੀਰੇ ਗੁਰਦਿੱਤ ਸਿੰਘ ਆ, ਪਿੰਡ ਚੜੈਕ, ਜ਼ਿਲ੍ਹਾ ਮੋਗਾ, ਤਹਿਸੀਲ ਮੋਗਾ। ਫੋਨ ਨੰਬਰ 8907-55-663। ਕਿਹੜੇ ਪਾਸੋਂ ਲੱਗੀ ਹੈ? ਅਤੇ 3 ਵੀਰੇ ਸੋਨਾ ਸਵਾਂਗਾ ਅਤੇ 2 ਦੂਜੀਆਂ ਗੱਭਣਾ ਹੈ। ਕਿਆ ਨਵਾਂ ਸੂਆ? ਇਹ ਭਾਈ ਦੂਜਾ ਸੂਆ ਵੇੜ ਸੂ ਰਹੀ ਆ ਹੁਣ। ਕਿੰਨੇ ਕੁ ਦਿਨ ਲੈ ਜੀ? ਦਿਨ ਇਹਦੇ ਹਜੇ ਪਾਈ ਆ ਜੀ 7। ਜਰਸੀ ਨਸਲ ਦੀ ਵੈੜ ਆ, 14-15 ਕਿਲੋ ਬਾਈ ਦਾ ਦੁੱਧ ਪਿਆ ਜੂ, ਇੱਕ ਹਫਤੇ ਦੀ ਕੱਚੀ ਆ, 45,000 ਦੀ ਦੇ ਦੇਣੀ ਆ। ਹਵਾਨਾ ਸੋਹਣਾ ਤਿਆਰ ਕੀਤਾ, ਵਲ ਢਿੱਲਾ, ਵਲ ਢਿੱਲਾ ਹਜੇ ਕਾਫੀ ਬਾਕੀ ਆ, ਬਾਕੀ 5-7 ਦਿਨ ਲੈ ਜਾਣੇ ਆ। ਸੋਹਣਾ ਹਵਾਨਾ ਤਿਆਰ ਕਰਕੇ ਸੂ, ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ, ਫੈਟ ਚੰਗੀ ਆਉਂਦੀ ਆ। ਹਾਂ, ਮੱਝ ਵਾਲਾ ਮੋਟਾ, ਹੱਥੀ ਚੁਆਈ ਵਾਲਾ ਜਾਨ ਵਾਲਾ ਥਾਨ ਆ, ਕੋਈ ਚੁੰਡੀ ਜੀ ਵਾਲਾ ਥਾਨ ਨਹੀਂ, ਪੂਰਾ ਮੋਟਾ ਹੱਥੀ ਚੁਆਈ ਵਾਲਾ ਜਾਨ ਵਾਲਾ ਥਾਨ ਆ। 5-7 ਦਿਨਾਂ ਤਾਈਂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ, ਝੋਲ ਵਾਲੀ ਵੱਛੀ ਆ, ਲੇਵਾ ਲਾਊ ਬਹੁਤ। 2 ਨੰਬਰ ਆ? 2 ਨੰਬਰ 'ਤੇ ਬਾਈ ਸੂਈ ਸਵਾਈ ਆ, ਰਾਤ ਦੀ ਜਰਸੀ ਸੂਈ ਆ, ਅਤੇ ਜਿਹੜੀ ਜੇਰੇ ਦੀ ਪਈ ਆ, ਘੰਟੇ 2 ਕੁ ਹੋਏ ਆ, ਇਹ ਸੂਈ ਹੋਊਗੀ ਤਕਰੀਬਨ 1-1.5 ਵਜੇ ਰਾਤ ਦੀ, ਰਾਤ ਨੂੰ। ਹਾਂ, ਕਿੰਨਾ ਕੁ ਦੁੱਧ ਦੇ ਦੂੰ? ਦੁੱਧ ਵੀ ਮੈਂ ਤੜ ਕੇ ਚੋਇਆ, 3 ਲੀਟਰ ਸਣੇ ਬੱਚੇ, ਜਿਹਦੇ ਲਈ ਉਹਨਾਂ ਨੇ 15 ਕਿਲੋ ਦੱਸਿਆ। ਬਾਕੀ ਵੇੜ ਚੰਗੀ ਬਹੁਤ ਆ, ਦੰਦਾਂ 'ਚ ਵੀ 6 ਦੰਦ ਆ। ਮਗਰ ਕੀ ਆ? ਮਗਰ ਵੱਛਾ ਏ, ਮੁੱਲ ਜਾਇਜ਼ ਆ, ਮੁੱਲ ਇਹ 42,000। ਆ 2 ਨੰਬਰ 42,000 ਦੀ, ਰਾਤ 1.5 ਕੁ ਵਜੇ ਬਾਈ ਕਹਿੰਦਾ ਸੂਈ ਆ, ਸੁਬਾਹ ਪਹਿਲੀ ਚਵਾਈ ਕੀਤੀ ਆ, 3 ਲੀਟਰ ਬੌਲੀ ਕੱਢੀ ਆ, ਸਣੇ ਬੱਚੇ, 14-15 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ, ਜਰਸੀ ਨਸਲ ਦੀ ਵੈੜ ਆ। ਬਾਈ ਕਹਿੰਦਾ ਜੇਰ ਦੀ ਗਰੰਟੀ, ਆਪਣੇ ਘਰੇ ਸੂਈ ਆ, ਆਪ ਸਵਾਈ ਆ, ਜੇਰ ਵਾਲੇ ਪਾਸੋਂ ਕੰਪਲੀਟ ਆ, ਹਵਾਨਾ ਸੋਹਣਾ, ਚਵਾਈ ਦੀ ਬਾਈ ਕਹਿੰਦਾ ਗਰੰਟੀ ਆ, 42,000 ਦੀ ਬਾਈ ਕਹਿੰਦਾ ਦੇ ਦੇਣੀ ਆ। ਮਗਰ ਇਹਦੇ ਮੇਲ ਕਾ ਵਛੜਾ ਥਾਣਾ ਅੱਧੀ ਚਵਾਈ ਵਾਲੇ। 3 ਨੰਬਰ? 3 ਨੰਬਰ ਵੱਡੀ ਭੈੜਾ ਵੀਰੇ, ਐਚਐਫ ਭੈੜਾ, 22 ਲੀਟਰ ਦਾ ਲੋਕੜੀ ਲਈ ਹੋਈ ਆ ਪਿੰਡ 'ਚ। ਦਿਨ ਕਿੰਨੇ ਲੈ ਜੂ? ਦਿਨ ਇਹਦੇ ਬਸ 5-4 ਲੈ ਜੂ, ਬਣੂ ਬਹੁਤ। ਮੁੱਲ? ਮੁੱਲ 52,000 ਦੀ। 3 ਨੰਬਰ 52,000 ਦੀ ਵੱਡੀ ਵੈੜ, ਡੱਬੀ 22 ਕਿਲੋ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਨੇ ਦਿੱਤਾ, ਬਾਕੀ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਸਮਝ ਨਾਲ ਲੈ ਲੇ। ਵੱਡੀ ਬਹੁਤ ਹੈ, 52,000 ਮੁੱਲ ਹੈ, ਕੋਈ 3-4 ਦਿਨ ਲੈ ਜੂ, ਹਵਾਨਾ ਸੋਹਣਾ ਵੱਡਾ, ਬਾਕੀ ਵੈੜ ਵੀ ਵੱਡੀ ਆ। ਬਾਕੀ ਥਣਾ ਵੱਲੋਂ, ਚਵਾਈ ਵੱਲੋਂ ਯਾਰ, ਉਹ ਪਾਸੇ ਆਪਣੀ ਗਰੰਟੀ ਹੋ ਗਈ, ਹਿੰਮਤ ਆਪਾਂ ਹਰੇਕ ਵੀਡੀਓ 'ਚ ਕਹਿੰਦੇ ਹਾਂ ਵੀ ਭਣਾ ਅਗਲਾ ਜਿੱਥੋਂ ਮਰਜ਼ੀ ਆਉਂਦਾ, ਜੇ ਥਣਾ ਵੱਲੋਂ ਗਾਂ ਗਲਤ ਨਿਕਲਦੀ ਕਿਰਾਇਆ ਦੇ ਕੇ ਮੁੜਾਂਗੇ, ਕੋਈ ਵਾਧ ਘਾਟ ਹੋਵੇ ਜਾਂ ਕੋਈ ਲੱਤਾਂ ਛੜਾ ਮਾਰਦੀ ਹੋਵੇ, ਸੀਲ ਗਾਂ ਲੈਣੀ ਆ, ਸੀਲ ਤੋਂ ਬਿਨਾਂ ਗਾਂ ਨਹੀਂ ਲੈਣੀ। ਸਹੀ ਆ, ਠੀਕ ਆ। ਦੋਸਤੋ, ਕਿਸੇ ਵੀ ਪਸ਼ੂ ਦੇ ਬਾਈ ਕਹਿੰਦਾ ਥਣ 'ਚ 19-21 ਹੋਵੇ, ਤੁਸੀਂ ਇੱਥੇ ਆ ਜਿਓ,
ਤੁਹਾਨੂੰ ਕਿਰਾਇਆ ਐਵੇਂ ਪੈ ਜੇ, ਮਤਲਬ ਜਿਹੜੀ ਤੁਹਾਡੇ ਵਹਿੜ ਪਸੰਦ ਆਈ ਹੋਵੇ, ਵੀਡੀਓ 'ਤੇ ਤੁਸੀਂ ਸੌਦਾ ਕੀਤਾ ਹੋਵੇ, ਤਾਂ ਜਦੋਂ ਆ ਕੇ ਇੱਥੇ ਪਾਸ ਕਰਨ ਲੱਗੇ ਹੋਵੋਗੇ ਅਤੇ ਆ ਕੇ ਥਾਣਾ 'ਚ 19-21 ਨਿਕਲ ਜੇ, ਫਿਰ ਬਾਈ ਕਹਿੰਦਾ ਕਿਰਾਇਆ ਵਾਪਸ ਦੇ ਕੇ ਮੋੜੂੰਗਾ, ਥਾਣਾ ਦੀ ਗਰੰਟੀ ਆਊ, ਸਾਰੇ ਨਗਾਂ ਦੀ ਥਾਣਾ ਦੀ ਗਰੰਟੀ, ਭਾਰ ਪਿੱਛੇ ਦੀ ਸਾਰਿਆਂ ਦੀ ਗਰੰਟੀ, ਜੇ ਤੁਹਾਡੇ ਘਰ ਜਾਂਦੀ ਭਾਰ ਕੱਢ ਜਾਂਦੀ ਆ ਉਹ ਵੀ ਵਹਿੜ ਵੀਰ ਕਹਿੰਦਾ ਵਾਪਸ ਆਊਗੀ ਮੇਰੀ, ਤਾਂ ਪੈਸੇ ਤੁਹਾਡੇ ਤੁਹਾਡੇ ਅਕਾਊਂਟ 'ਚ ਪਾ ਦੂ, ਨਹੀਂ ਆਪਦਾ ਨਕਦੀ ਫੜ ਕੇ ਲੈ ਜੇ ਅਗਲਾ। ਕਿੰਨਵਾਂ ਸੂਆ ਇਹ? ਦੂਜਾ ਸੂਆ ਸੁਣੀ ਦਾ 6 ਦਾ ਆਉਂਦਾ, ਦਿਨ 7 ਪਏ, 18 ਕਿਲੋ ਦੁੱਧ ਦਿੱਤਾ ਵਾ, 40,000 ਤੋਂ 100 ਛੱਡਣਾ। 18 ਕਿਲੋ ਦੁੱਧ ਬਾਈ ਦੱਸਦਾ ਕਿ ਦਿੱਤਾ ਇਹਨੇ, ਦੂਜੇ ਸੂਏ ਸੁਣਦੀ ਆ, ਹਫ਼ਤੇ ਦੀ ਕੱਚੀ ਆ, ਠੀਕ ਹੈ। ਮੁੱਲ 40,000 ਤੋਂ 100 ਰੁਪਈਆ, 40,000 ਚੋਂ ਵੀਰ ਕਹਿੰਦਾ ਇੱਕ ਗਾਂਧੀ ਵਾਲਾ ਨੋਟ ਛੱਡਣਾ 100 ਰੁਪਈਏ ਦਾ, ਉਹ ਚਲੋ ਕੋਈ ਨਹੀਂ 200 ਦਾ ਨੋਟ ਛੱਡ ਦੂਗਾ, ਆ ਜਾਓ ਕੋਈ ਗੱਲ ਨਹੀਂ, ਬੇਫਿਕਰ ਹੋ ਕੇ ਮਾਨ ਦਾਨ ਕਰ ਦੂਗਾ। ਹਫ਼ਤੇ ਦੀ ਕੱਚੀ ਆ, ਲੈਟ ਕੇ ਸੂਝ ਦਿਨ ਤਿਆਰ ਹੋ ਜਾਂਦੀ, ਕਰੋਸ ਅੰਗ ਆ ਤਾਂ ਦਮਝਾਂ ਅਰਗਾਊ। 4 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ, ਪਹਿਲੀਆਂ 2 ਜਰਸੀਆਂ ਵਿਖਾਈਆਂ, ਇੱਕ ਗੱਭਣ ਇੱਕ ਸੂਈ, 3 ਨੰਬਰ ਤੇ ਡੱਬੀ, 4 ਨੰਬਰ ਤੇ ਕਰੋਸ ਅੰਗ ਦੀ ਵੈੜ, 5 ਨੰਬਰ ਤੇ ਇੱਕ ਹੋਰ ਚੂਹੇ ਰੰਗੀ ਵੈੜ ਖੜੀ ਇਧਰ। ਕਿੰਨਵਾਂ ਸੂਆ ਇਹ ਵੀ ਭਰਾ? ਦੂਜਾ ਸੂਆ ਯਾਰ, ਸੂ ਰਹੀ ਆ ਹੁਣ, ਸੀਲ ਸਾਊ ਪੂਰੀ ਆ, ਤੁਸੀਂ ਵੇਖ ਲਓ ਕਿੰਨੇ ਕੁ ਦਿਨ ਲੈ ਜੂ। ਮੁੱਲ 5-4 ਦਿਨ ਲੈ ਜੂ ਬਾਈ ਕਹਿੰਦਾ, 5 ਨੰਬਰ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ, ਮੁੱਲ 45,000 ਦੁੱਧ, ਬਾਈ ਕਹਿੰਦਾ ਸਾਨੂੰ ਅਗਲੇ ਨੇ 18 ਕਿਲੋ ਦੁੱਧ ਦੱਸਿਆ ਕਿ ਚੋਇਆ ਅਸੀਂ ਪਿਛਲੇ ਸੂਏ, ਬਾਕੀ ਹੁਣ ਬਾਈ ਕਹਿੰਦਾ ਅੱਗੇ ਤੁਹਾਡੀ ਸੇਵਾ, ਕਿੰਨਾ ਦੁੱਧ ਚੋਲੋਗੇ ਉਹ ਤੁਹਾਡੇ ਤੇ ਨਿਰਭਰ ਆ। ਥਣ ਸੋਹਣੇ ਹੱਥੀ ਚਵਾਈ ਵਾਲੇ, ਬਾਕੀ ਜਿਹੜਾ ਵੀ ਪਸ਼ੂ ਤੁਸੀਂ ਪਸੰਦ ਕਰਦੇ ਆ, ਜਿਹੜਾ ਤੁਸੀਂ ਖਰੀਦਣਾ ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਤਸੱਲੀ ਕਰਨੀ ਆ, ਤੁਸੀਂ ਪੈਸੇ ਲਾਉਣੇ ਆ, ਸਾਰਾ ਕੁਛ ਤੁਹਾਡਾ ਕੰਮ ਹੈ, ਆਪਣਾ ਕੰਮ ਇਕੱਲੇ ਪਸ਼ੂ ਵਿਖਾਉਣਾ। ਪਸ਼ੂ ਤੁਹਾਨੂੰ ਵੱਖ ਵੱਖ ਏਰੀਏ ਤੋਂ ਵਿਖਾ ਦੇਈਦੇ ਆ, ਫਲਾਨੇ ਪਿੰਡ ਝੋਟਾ ਖੜਾ, ਫਲਾਨੇ ਪਿੰਡ ਮੱਝ ਖੜੀ ਆ, ਫਲਾਨੇ ਪਿੰਡ ਗਾਂ ਖੜੀ ਆ, ਫਲਾਨੇ ਪਿੰਡ ਸੂਈ ਸਵਾਈ ਖੜੀ ਆ, ਫਲਾਨੇ ਪਿੰਡ ਗੱਭਣ ਖੜੀ ਆ। ਨਿਬੜੂ ਵੀਡੀਓ ਬਣਾਓ ਅਗਲੇ, ਸਹੀ ਹੈ ਨਾ? ਕਹਿਣਾ ਸੂਆ 6 ਨੰਬਰ ਦਾ, ਦੂਜਾ ਸੂਆ ਵੱਡੀ ਵੈੜ ਆ, ਜਰਸੀ ਵੱਡੀ ਆ ਗਈ ਇਹ, ਠੀਕ ਹੈ। ਬਾਕੀ ਤੁਸੀਂ ਬਾਈ ਤੋਂ ਗਰੰਟੀ ਲੈ ਲਿਓ, ਨਹੀਂ ਆਪਦੀ ਆ ਕੇ ਪਾਸ ਕਰ ਲਿਓ। ਵਲਟਲਾ ਬਹੁਤ ਪਈਆਂ, ਇੱਕ ਹਫ਼ਤਾ ਲੈ ਜੂ, ਅਮਰੀਕਨ ਵਹਿੜਾ ਅਰਗਾ ਲੇਵਾ ਤਿਆਰ ਕਰਕੇ ਸੂ, ਫੁੱਟ ਵਾਂਗੂ ਹਵਾਨਾ ਪਿੱਛੇ ਨੂੰ ਵੱਧ ਆ, ਪੂਰੀ ਵਜਨਦਾਰ ਆ, ਇਹ ਨਹੀਂ ਵੀ ਲਿਸੜਦੀ ਆ, ਵਜਨ ਵਜਨ ਬਹੁਤ ਆ, ਤੇ ਇਹਦੇ 'ਚ ਆਪਣੀ ਕੋਈ ਗਰੰਟੀ ਨਹੀਂ ਕਿਸੇ ਵੀ ਪਸ਼ੂ ਦੀ, ਆਪਾਂ ਤਾਂ ਇਕੱਲੇ ਪਸ਼ੂ ਵਿਖਾਉਣੇ ਆ, ਉਹ ਤੁਹਾਨੂੰ ਵਿਖਾ ਦੇਈਦੇ, ਜਿਹਨੇ ਪੈਸੇ ਲੈਣੇ ਆ ਉਹ ਤੋਂ ਗਰੰਟੀ ਲਓ, ਨਹੀਂ ਤੁਸੀਂ ਆਪਦੀ ਨਿਰਖ ਪਰਖ ਨਾਲ ਸੌਦਾ ਕਰ ਲਓ। ਕਿੰਨੇ ਦੀ? 52,000 ਦੀ ਬਾਈ ਕਹਿੰਦਾ ਦੇ ਦੇਣੀ ਆ, ਚੰਗੇ ਦੁੱਧ ਵਾਲੀ ਵੈੜ, ਫੁੱਟ ਵਾਂਗੂ ਹਵਾਨਾ ਪਿੱਛੇ ਨੂੰ ਵੱਧ ਆ, ਸੂਲ ਤੱਕ ਲੇਵਾ ਲਾ ਕੇ ਸੂ, ਜਦੋਂ ਤਿਆਰ ਹੋ ਗਈ ਹਫ਼ਤਾ ਲੈ ਜੂਗੀ।
ਗੱਭਣ ਪਹੂ ਦੀ ਤਾਂ ਥਣਾਂ ਦੀ ਤੇ ਭਾਰ ਪਿੱਛੇ ਦੀ ਗਰੰਟੀ ਹੁੰਦੀ, ਤੈਨੂੰ ਵੀ ਪਤਾ ਹਾਂ, ਜਿਹੜੀ ਸੂਈ ਆ ਉਹ ਤੇ ਦੁੱਧ ਦੀ ਹੁੰਦੀ ਆ। ਦੱਸ ਇਹਦੇ ਬਾਰੇ ਫਿਰ। ਦਸ ਕਿਲੋ ਬਾਈ ਕਹਿੰਦਾ ਦੁੱਧ ਹੈ ਆ ਜਿਹੜੀ ਤੁਸੀਂ ਸੱਤ ਨੰਬਰ ਤੇ ਛੇ ਨੰਬਰ ਤੇ ਸੱਤ ਨੰਬਰ ਤੇ ਸੋਰੀ ਤੁਸੀਂ ਵੈੜ ਵੇਖ ਰਹੇ ਆ, ਨੱਗ ਥੋੜੇ ਜੇ ਵੱਧ ਆ, ਇੱਕ ਨੱਗ ਦੀ ਗਾਂਹ ਪਛਾਣ ਹੋ ਗਈ ਸੀ। ਸੱਤ ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ, ਦਸ ਕਿਲੋ ਦੁੱਧ ਆ, ਸੀਲ ਸਾਊ ਪੂਰੀ ਆ, 42,000 ਮੁੱਲ ਵਿੱਚੋਂ ਮਾਣ ਤਾਣ ਹੋ ਜੂ। ਮਗਰ ਵੱਛੀ ਆ, ਜੇਰ ਪੈਂਦੀ ਦੀ ਵੀਡੀਓ ਹੈਗੀ ਆ, ਸੂੰਦੀ ਦੀ ਵੀ ਵੀਡੀਓ ਹੈਗੀ ਆ। ਆਹ ਬੱਚਾ ਆਪਦਾ ਵੇਖ ਲਓ ਤੁਸੀਂ, ਵੱਛੀ ਆ, ਬਰੀਡ ਆਪਦੀ ਵੇਖ ਕੇ ਚੈੱਕ ਕਰ ਲਓ ਕਿਹੜੀ ਆ। ਕਹਿਣਾ ਸੂਆ ਇਹਦਾ ਭਾਵਾਂ ਕੋਈ ਚੌਥੇ ਮੰਨ ਲਏ, ਅਗਲੇ ਨੇ ਲੈਣੀ ਜਿਹੜੀ ਮੰਨਣੀ ਮੰਨ ਲਏ। ਕਿੰਨਾ ਕੁ ਦੁੱਧ ਆ? ਆਪਣੀ ਗਰੰਟੀ ਦੰਦਾਂ ਦੀ ਹੁੰਦੀ ਆ, ਹਰੇਕ ਪਹੂ ਦੀ ਦੰਦ ਹੈਗੇ, ਬਸ ਸਹੀ ਆ, ਦੰਦ ਹੈਗੇ ਆ। ਕਿੰਨਾ ਕੁ ਦੁੱਧ ਦੇ ਦੂ? ਦੁੱਧ ਹੁਣ ਵੀ 10 ਕਿਲੋ ਤਿਆਰ ਆ। ਮੁੱਲ 35,000 ਦੀ ਹਾਂ ਨਾ, ਦੁੱਧ ਕਿੰਨਾ? 10 ਕਿਲੋ ਬਾਈ ਕਹਿੰਦਾ ਹਾਜ਼ਰ ਹੈ। ਹੁਣ ਭਰਾਵੋ ਚੋਲਿਆ ਕਰੋ, ਸੁਬਾ ਵੀ ਚੋਲੋ, ਸ਼ਾਮ ਨੂੰ ਵੀ ਚੋਲੋ। ਜਦੋਂ ਤੁਸੀਂ 35,000 ਰੁਪਇਆ ਲਾਉਣਾ, ਫਿਰ ਤੁਸੀਂ ਚੋਣ ਵਾਲੇ ਪਾਸੇ ਭਰਾ ਬਣ ਕੇ ਕਾਲੋ ਨਾ ਕਰਿਆ ਕਰੋ, ਚੋ ਕੇ ਲਓ, ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲਓ, 35,000 ਦੀ ਦੇ ਦੇਣੀ ਹੈ ਸਾਡੀ ਗਰੰਟੀ ਆ, ਭੂਰ ਸਿੱਟੇ ਦੀ ਲੈ। ਸਹੀ ਆ, ਚਵਾਈ ਪੂਰੀ ਚੰਗੀ ਆ। 10 ਕਿਲੋ ਦੁੱਧ ਆ ਬਾਈ ਦੇ ਘਰੇ, ਆਇਓ ਆ ਕੇ ਚੋ ਕੇ ਲੈ ਆਇਓ, 35,000 ਦੀ ਦੇ ਦੇਣੀ ਆ। ਥਣਾਂ ਦੀ ਸਾਫ਼ ਸੁਥਰੀ ਆ, ਮੂੰਹ ਮੱਥੇ ਦੀ ਸੋਹਣੀ ਆ। ਵੀਡੀਓ ਬਣਾ ਰਹੇ ਹਾਂ 11 ਵਜੇ, 3-4 ਪਸ਼ੂ ਸੂਏ ਸੁਆਏ ਆ, ਦੂਜੇ ਗੱਭਣ ਆ। ਫੋਨ ਨੰਬਰ ਸਕਰੀਨ 'ਤੇ ਆ ਜਿਹਦੇ, ਜਿਹੜਾ ਵੀ ਨਾਗ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਲਿਓ। ਸਤਿ ਸ਼੍ਰੀ ਅਕਾਲ।